ਇੰਨੀ ਪਰੇਸ਼ਾਨ ਹੋਈ ਪਈ ਹਾਂ ਕਿ ਮੈਨੂੰ ਇਨਸਾਫ ਚਾਹੀਦਾ, ਨਹੀਂ ਤਾਂ ਇੱਥੇ ਹੀ ਮਰ ਕੇ ਮੈਂ ਜਾਨ ਦੇ ਦੇਣੀ ਆ। ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ। ਉਦੋਂ ਨਹੀਂ ਪਤਾ ਸੀਗਾ, ਹੁਣ ਪਤਾ ਚੱਲਿਆ। ਪਹਿਲਾਂ ਵੀ ਤਾਂ ਮੈਂ ਉਹੀ ਸੋਨੀਆ ਸੀ। ਮਾਮਲਾ ਇਹੀ ਹੈ ਕਿ ਮੇਰੇ ਸਹੁਰੇ ਮੇਰਾ ਘਰ ਨਹੀਂ ਵਸਣ ਦੇ ਰਹੀ। 2016 'ਚ ਮੇਰਾ ਵਿਆਹ ਹੋਇਆ ਸੀਗਾ, 17 ਦੇ ਵਿੱਚ ਇਹਨਾਂ ਨੇ ਫਿਰ ਮੈਨੂੰ ਵਾਪਸ ਘਰ ਬਿਠਾਤਾ। ਮਾਮਲਾ ਇਹੀ ਹੈ ਕਿ ਮੇਰੇ ਸਹੁਰੇ ਮੇਰਾ ਘਰ ਨਹੀਂ ਵਸਣ ਦੇ ਰਹੀ। 2016 'ਚ ਮੇਰਾ ਵਿਆਹ ਹੋਇਆ ਸੀਗਾ, 17 ਦੇ ਵਿੱਚ ਇਹਨਾਂ ਨੇ ਫਿਰ ਮੈਨੂੰ ਵਾਪਸ ਘਰ ਬਿਠਾਤਾ। ਇਹਨਾਂ ਦੇ ਮੁਹੱਲੇ ਵਾਲਿਆਂ ਦੇ ਮੈਨੂੰ ਘਰ ਛੱਡ ਆਉਂਦਾ, ਆਪਾਂ ਕਿਰਾਏ 'ਤੇ ਰਵਾਂਗੇ, ਅੱਜ ਰਹਿੰਦੇ ਕੱਲ੍ਹ ਰਹਿੰਦੇ। ਉਹ ਤੋਂ ਬਾਅਦ ਇਹਨੇ ਮੈਨੂੰ ਤਲਾਕ ਪੇਪਰ ਭੇਜਤੇ, ਕੋਰਟ ਕੇਸ ਚੱਲਿਆ। ਮੈਂ ਖਰਚੇ ਦਾ ਕੀਤਾ, 5 ਮੈਂ ਪੇਕੇ ਬੈਠੀ ਰਹੀ, ਇਹਨੇ ਕੋਈ ਖਰਚਾ ਨਹੀਂ ਦਿੱਤਾ। ਉਸ ਤੋਂ ਬਾਅਦ ਇਹਨੇ ਮੈਨੂੰ ਲੈ ਆਉਂਦਾ ਕਿ ਆਪਾਂ ਰਹਿਣਾ ਚਾਹੁੰਦੇ ਹਾਂ ਇਕੱਠੇ, ਅਤੇ ਤੂੰ ਕਿਰਾਏ ਦੇ ਮਕਾਨ 'ਤੇ ਲਿਖਾ ਲਾ। ਮੈਂ ਹਾਂਜੀ ਇਹ ਲੈ ਆਇਆ ਮੈਨੂੰ। ਉਹ ਤੋਂ ਬਾਅਦ ਕਹਿੰਦਾ ਆਪਾਂ ਕਿਰਾਏ ਦੇ ਮਕਾਨ 'ਚ ਰਵਾਂਗੇ, ਆਪਾਂ ਚਲੇ ਗਏ ਉੱਥੇ ਰਹਿਣ ਵਾਸਤੇ। ਉਹ ਤੋਂ ਬਾਅਦ ਇਹ ਕਹਿੰਦਾ ਇਹਨੂੰ ਬਾਹਰ ਕੱਢੋ, ਮੈਂ ਕਿਰਾਇਆ ਨਹੀਂ ਦੇ ਸਕਦਾ, ਮਕਾਨ ਦੇ ਜੋ ਵੀ ਸਮਾਨ ਪਿਆ ਵਾ ਉਹਦੇ 'ਤੇ ਕਬਜ਼ਾ ਕਰ ਲਓ। ਹਾਂਜੀ ਮਾਲਕ ਮਕਾਨ ਨੂੰ ਕਹਿੰਦਾ, ਮੈਨੂੰ ਇਕੱਲੇ ਨੂੰ ਛੱਡ ਕੇ ਭੱਜਿਆ ਆ। 2-3 ਮਹੀਨੇ ਹੋ ਗਏ ਇਹਨੂੰ ਉੱਧਰੋਂ ਭੱਜੇ ਨੂੰ, ਅਤੇ ਹੁਣ ਇਹ ਮਾਂ ਪਿਓ ਨਾਲ ਰਹਿ ਰਿਹਾ ਵਾ। ਹਾਂਜੀ ਮਾਂ ਪਿਓ ਨਾਲ, ਮੇਰੇ ਪਿੱਛੇ ਵੀ ਆਈ, ਇੱਥੇ ਤੱਕ ਇਹਨੂੰ ਦੇਖਿਆ ਵੀ, ਅੰਦਰ ਵੀ ਵੜਿਆ, ਇੱਥੇ ਹੀ ਰਹਿੰਦਾ ਪਿਆ, ਇੰਨਾ ਕੁੱਟਮਾਰ ਕਰਦਾ, ਜਦੋਂ ਖਰਚਾ ਮੰਗਦੀਆਂ ਕੁੱਟਮਾਰ ਕਰਦਾ। ਕੀ ਤੋਂ ਮੰਗਾ? ਹਾਂਜੀ ਉਦੋਂ ਨਹੀਂ ਪਤਾ ਸੀਗਾ, ਹੁਣ ਪਤਾ ਚੱਲਿਆ ਇਹਨੂੰ। ਪਹਿਲਾਂ ਵੀ ਤਾਂ ਮੈਂ ਉਹੀ ਸੋਨੀਆ ਸੀ, ਸਭ ਕੁਛ ਪਤਾ ਹੁੰਦੇ, ਸਾਰਿਆਂ ਦੇ ਘਰੇ ਆਣੀ ਜਾਣੀ ਸੀ, ਮੈਂ ਵੀ ਇੱਧਰ ਆਉਂਦੀ ਜਾਂਦੀ ਸੀ, ਸਾਡੇ ਵੀ ਇਹ ਵਿਆਹ ਤੋਂ ਪਹਿਲਾਂ ਜਾਂਦਾ ਆਉਂਦਾ ਸੀ, 1 ਮੇਰੇ ਨਾਲ ਪੂਰਾ ਘੁੰਮਿਆ ਵਾ, ਉਸ ਤੋਂ ਬਾਅਦ ਵਿਆਹ ਕਰਾਇਆ। ਕਾਰਵਾਈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਇਹਨਾਂ 'ਤੇ ਹੋਣੀ ਚਾਹੀਦੀ ਆ, ਬਸ ਮੈਨੂੰ ਮੇਰਾ ਇਨਸਾਫ ਚਾਹੀਦਾ। ਇਹਦੇ ਫੈਮਿਲੀ ਦੇ ਵਿੱਚ ਇਹਦੀ ਮਾਂ ਇੰਦੂਸ਼, ਇਹਦਾ ਪਿਓ ਅਮਰਨਾਥ, ਇਹਦਾ ਭਰਾ ਰੌਕੀ, ਮਿਲ ਕੇ ਪਹਿਲਾਂ ਘਰੇ ਕਰਦੇ ਸੀ, ਫਿਰ ਇਹਦੇ ਕਹਿੰਦੇ ਮੈਂ ਕਿਰਾਏ 'ਤੇ ਗਈ, ਫਿਰ ਉੱਥੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਮੈਨੂੰ ਕੋਈ ਪੈਸਾ ਨਹੀਂ ਦੇ ਰਿਹਾ, ਕੁਛ ਨਹੀਂ ਦੇ ਰਿਹਾ, ਮੈਨੂੰ ਨਹੀਂ ਪਤਾ ਹੈ ਕੀ ਕੰਮ ਕਰਦਾ ਕੀ ਨਹੀਂ, ਕਿਸੇ ਨੂੰ ਕੁਛ ਕਹਿੰਦਾ ਕਿਸੇ ਨੂੰ ਕੁਛ ਕਹਿੰਦਾ। ਹਾਂਜੀ ਹੈਗੀਆਂ ਨੇ ਜਿਹੜੀਆਂ ਸੀਗੀਆਂ, ਉਹ ਇਹ ਲੈ ਗਿਆ, ਐਲਬਮ ਪਈ ਆ ਮੇਰੇ ਪੇਕਿਆਂ ਦੇ ਵਿੱਚ। ਹਾਂਜੀ ਪਹਿਲਾਂ ਤੋਂ ਇਹਨੂੰ ਸ਼ੰਕਾ ਸੀ ਵੀ ਮੈਂ ਇੱਦਾਂ ਭੱਜਣਾ। ਹਾਂਜੀ ਇਹ ਜੋ ਵੀ ਕੰਮ ਕਰਦਾ, ਪਲੈਨਿੰਗ ਦੀ ਰਿਕਾਰਡਿੰਗ ਕਰਦਾ, ਖੁਦ ਬੁੱਧੇ ਆ। ਮੇਰਾ ਘਰ ਖਰਾਬ ਕਰਨ ਦੇ ਵਿੱਚ ਇਹਦੀ ਮਾਂ ਦਾ ਔਰ ਪਿਓ ਦਾ, ਇਹਦੇ ਭਰਾ ਦਾ, ਸਾਰਿਆਂ ਦਾ ਹੱਥ ਆ। ਜੋ ਉਹ ਕਹਿੰਦੇ ਆ ਉਹੀ ਇਹ ਬੋਲਦਾ ਵਾ, ਉਹੀ ਇਹ ਕਰਦਾ, ਔਰ ਮੇਰੇ ਨਾਲ ਕੁੱਟਮਾਰ ਦਿੱਤੀ ਸੀਗੀ ਸਰ, ਮੇਰੀ ਕੋਈ ਸੁਣਵਾਈ ਨਹੀਂ ਹੋਈ। ਕੋਈ ਨਹੀਂ ਮਿਲਿਆ, ਤਾਲੇ ਲਾ ਕੇ ਭੱਜ ਗਏ, ਹੁਣ ਮੈਂ ਵੀ ਤਾਲਾ ਲਾ ਦਿੱਤਾ ਹੋਇਆ ਵਾ। ਇਹ ਲਾਇਆ ਸਰ, ਦੇਖ ਲਓ ਤਾਲਾ, ਪੁਲਿਸ ਦੀ ਮੌਜੂਦਗੀ 'ਚ ਹੀ ਲਾਇਆ ਮੈਂ ਤਾਲਾ। ਚਾਬੀ ਸਰ ਨੂੰ ਦੇ ਦਿੱਤੀ ਹੋਈ ਹੈ ਮੈਂ, ਪੁਲਿਸ ਮੁਲਾਜ਼ਮਾਂ ਨੂੰ। ਹਾਂਜੀ ਰਾਤ ਦੀ ਇੱਥੇ ਬਾਹਰ ਬੈਠੀ ਹਾਂ, ਮੈਨੂੰ ਚਾਹ ਪਾਣੀ ਗਲੀ ਮੁਹੱਲੇ ਵਾਲਿਆਂ ਨੇ ਪਿਲਾਇਆ ਵਾ। ਮੈਂ ਇੰਨੀ ਪਰੇਸ਼ਾਨ ਹੋਈ ਪਈ ਹਾਂ ਕਿ ਮੈਨੂੰ ਇਨਸਾਫ ਚਾਹੀਦਾ, ਨਹੀਂ ਤਾਂ ਇੱਥੇ ਹੀ ਮਰ ਕੇ ਮੈਂ ਜਾਨ ਦੇ ਦੇਣੀ ਆ। ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ। ਬਹੁਤ ਟਾਈਮ 'ਤੇ ਇਨਸਾਨ ਮੇਰੇ ਨਾਲ ਧੋਖੇ ਕਰਦਾ ਆ ਰਿਹਾ। ਇਹਨੇ ਕਾਨੂੰਨ ਦੇ ਫੈਸਲੇ ਨੂੰ ਵੀ ਇਨਕਾਰਤਾ ਹੋਇਆ ਵਾ। ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ। ਕਾਰਨ ਇਹੀ ਆ ਕਿ ਤੂੰ ਸਾਨੂੰ 112 'ਤੇ ਕਾਲ ਆਈ ਸੀਗੀ, ਮੌਕੇ 'ਤੇ ਆਏ ਹਾਂ। ਹੁਣ ਇਹਨਾਂ ਦਾ ਮੀਆਂ ਬੀਵੀ ਦਾ ਝਗੜਾ, ਅਤੇ ਇਹਨਾਂ ਨੂੰ ਬਿਠਾਲ ਕੇ ਹੁਣ ਥਾਣੇ ਤੋਂ ਆਈ ਓ ਸਾਹਿਬ ਆਏ ਆ, ਇਹਨੂੰ ਲੈ ਕੇ ਇਹਨਾਂ ਨੂੰ ਬੁਲਾ ਕੇ ਉੱਥੇ ਬਿਠਾਲ ਕੇ ਫੈਸਲਾ ਕਰਦੇ ਹਾਂ। ਸੈਟਿਸਫਾਈ ਕਰਾਉਣੇ ਨਹੀਂ, ਸਾਡੀ ਨਿਗਰਾਨੀ 'ਤੇ ਨਹੀਂ ਲਗਾਇਆ, ਪਹਿਲੇ ਮੁੰਡੇ ਵਾਲਿਆਂ ਨੇ ਪਹਿਲਾਂ ਲਾਇਆ ਹੋਇਆ ਤਾਲਾ, ਕੁੜੀ ਦਾ ਤਾਲਾ ਉੱਤੇ ਲਵਾ ਤਾ ਕੁੜੀ ਦਾ, ਠੀਕ ਹੈ ਨਾ। ਬਿਠਾਉਂਦੇ ਹਾਂ ਦੋਵੇਂ ਪਾਰਟੀਆਂ ਥਾਣੇ ਸੱਚੇ ਸਾਹਿਬ ਬੁਲਾ ਕੇ, ਅਤੇ ਦੇਖਦੇ ਇਹਨਾਂ ਦਾ ਜੋ ਹੈਗਾ ਕੋਰਟ ਦਾ, ਜਾਂ ਕੋਰਟ 'ਚ ਭੇਜਾਂਗੇ ਇਹਨਾਂ ਨੂੰ, ਜੇ ਸਾਡੇ ਕੋਲ ਹੁੰਦਾ ਹਾਲੇ ਅਸੀਂ ਕਰਾਂਗੇ ਕੋਈ ਗੱਲ। ਜੀ ਇਹ ਜਿਹੜਾ ਮਾਮਲਾ ਹੋ ਰਿਹਾ, ਜਿੱਦਾਂ ਕਿ ਕੁੜੀ ਤੁਹਾਡੇ ਪਿੱਛੇ ਵੀ ਖੜੀ ਹੈ, ਇਹ ਰਾਤ ਦੀ ਇੱਥੇ ਪਰੇਸ਼ਾਨ ਹੈ, ਇਹ ਕੀ ਮਾਮਲਾ ਕੀ ਹੈ, ਕਿੱਦਾਂ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ? ਪਤਾ ਨਹੀਂ ਜੀ, ਕਿਰਾਏ 'ਤੇ ਲੈ ਕੇ ਆਏ ਆ ਕੋਰਟ ਦੇ ਜ਼ਰੀਏ,
ਅੱਛਾ ਜੀ, ਕਿਰਾਏ ਤੇ ਰਹਿ ਰਹੇ ਸੀਗੇ ਉੱਥੋਂ, ਦੋ ਚਾਰ ਵਾਰੀ ਆਈ ਹੈ, ਮੁੰਡਾ ਇੱਥੇ ਹੀ ਆ ਗਿਆ ਹੋਇਆ। ਇਸ ਤੋਂ ਪਹਿਲਾਂ ਵੀ ਕਦੇ ਲੜਾਈ ਝਗੜਾ ਦੇਖਿਆ ਤੁਸੀਂ ਜੀ ਇਹਨਾਂ ਦੇ ਨਾਲ? 9 ਸਾਲ 10 ਸਾਲ ਹੋ ਗਿਆ ਜੀ, ਇਹੀ ਕੁਛ ਹੋ ਰਿਹਾ। ਮਤਲਬ 9 ਸਾਲ ਤੋਂ ਲਗਾਤਾਰ ਇਹਨੂੰ ਪਰੇਸ਼ਾਨ ਕੀਤਾ, ਇਹੀ ਕੁਛ ਹੋ ਰਿਹਾ। ਮਤਲਬ ਤੁਹਾਡੇ ਗੁਆਂਢੀ ਨੇ? ਹਾਂਜੀ। ਜਿੱਦਾਂ ਕਿ ਲੜਾਈ ਝਗੜਾ ਹੁੰਦਾ, ਕਿਤੇ ਮੁਹੱਲਿਆਂ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਇਹਨੂੰ ਜੀ? ਸਾਰੇ ਬਹੁਤ ਸਮਝਾ ਰਹੇ ਆ ਜੀ, ਅੱਜ ਹਫ਼ਤਾ ਹੋ ਗਿਆ ਸਮਝਾ ਰਹੇ ਆ। ਜਿਹੜੇ ਮੇਨ ਸਾਡੇ ਪ੍ਰਧਾਨ ਹੈ ਗੁਰਮੀਤ ਸਿੰਘ ਜੀ, ਹਾਂਜੀ, ਰਾਮਕ੍ਰਿਸ਼ਨ ਜੀ, ਹਾਂਜੀ, ਇਹ ਸਾਰੇ ਇਹਨਾਂ ਨੂੰ ਸਮਝਾ ਰਹੇ ਆ, ਸਮਝ ਹੀ ਨਹੀਂ ਰਹੇ ਕਿਸੇ ਦੀ ਗੱਲ। ਇਹ ਕੀ ਕਹਿੰਦੇ ਵੀ ਕੁੜੀ ਨਹੀਂ ਲੈ ਕੇ ਆਉਣੀ ਜੀ? ਇਹ ਕਹਿੰਦੇ ਨਹੀਂ ਲੈ ਕੇ ਆਉਂਦੇ। ਪਰ ਜਦੋਂ ਵਿਆਹ ਕੇ ਲਿਆਏ ਹੋ ਤਾਂ ਪੂਰਾ ਪਰਿਵਾਰ ਗਿਆ, ਅੱਜ ਕਿਉਂ ਨਹੀਂ ਲੈਣਾ? ਪੂਰਾ ਮਹੱਲਾ ਗਿਆ ਸੀ ਜੀ ਬਰਾਤ ਨਾਲ। ਤੇ ਅੱਜ ਕੀ ਕਾਰਨ ਹੋਇਆ, ਕਿਉਂ ਨਹੀਂ ਲੈਣਾ ਚਾਹੁੰਦੇ? ਕੀ ਪਤਾ ਹੁਣ ਇਹ ਕੀ ਰਜ਼ਮੰਦੀ ਹੈ, ਮਤਲਬ ਕੋਈ ਮਹੱਲੇ 'ਚ ਦੱਸਿਆ ਕਿ ਨਾ ਲਿਆਉਣ ਦੇ ਕਾਰਨ ਗੱਲ ਵੀ ਨਹੀਂ ਕਰਦੇ। ਜਿੱਦਾਂ ਕਿ ਇਹਦੀ ਕੁੜੀ ਦੇ ਨਾਲ ਇੱਕ ਜੱਟ ਦੇ ਵਿੱਚ ਹੀ ਅੰਦਰ ਹੀ ਪਲੈਨਿੰਗ ਕਰਦੇ ਜੋ ਕਰਦੇ। ਮਤਲਬ ਮੁੰਡਾ ਇੱਥੇ ਹੀ ਹੁੰਦਾ? ਇੱਥੇ ਹੀ ਹੁੰਦਾ। ਪਰ ਇਹ ਤਾਂ ਮਕਾਨ ਬਣਾਇਆ ਇੱਥੇ ਹੀ ਹੋਇਆ ਸੀਗਾ, ਸਾਰੇ ਪੂਰੇ ਮਹੱਲੇ ਨੂੰ ਪਤਾ ਜੀ, ਮੁੰਡਾ ਇੱਥੇ ਹੀ ਸੀਗਾ। ਜਿੱਦਾਂ ਕੁੜੀ ਨੂੰ ਛੱਡ ਕੇ ਭੱਜ ਗਿਆ ਮੁੰਡਾ ਕਿਰਾਏ ਤੇ, ਕੱਲ ਨੂੰ ਕਿਸੇ ਦੀ ਕੁੜੀ ਆਉਂਦਾ ਜਾਵੇ ਤੇ ਮਤਲਬ ਇੱਕ ਗਲਤ ਮਤਲਬ ਨਹੀਂ? ਗਲਤ ਗੱਲ ਹੈ, ਨੂੰਹ ਧੀ ਮੇਰੇ ਘਰ ਵੀ ਹੈਗੀ ਹੈ ਜੀ, ਹੁਣ ਅਸੀਂ ਕਿਸੇ ਨਾਲ ਗਲਤ ਕਰਾਂਗੇ ਤੇ ਸਾਡੀਆਂ ਨਾਲ ਵੀ ਹੋਣਗੀਆਂ। ਜਿੱਦਾਂ ਕਿ ਉਹ ਆਪਣੀ ਮਨਮਰਜ਼ੀ ਕਰ ਰਹੇ ਆ, ਕੁੜੀ ਨੂੰ ਛੱਡਤਾ, ਮਹੱਲੇ ਦੀ ਸੁਣਦੇ ਨਹੀਂ ਪਏ, ਇੱਦਾਂ ਦੇ ਬੰਦੇ ਦੀ ਕਿੱਦਾਂ ਦੀ ਮੰਗ ਕਰਦੇ? ਪਰਸੋਂ ਚੌਥੇ ਹੀ ਸਮਝਾਇਆ ਜੀ ਇਹਨਾਂ ਨੇ, ਗੁਰਮੀਤ ਸਿੰਘ ਜੀ ਨੇ ਇੰਨਾ ਸਮਝਾਇਆ ਇੱਥੇ ਗਲੀ ਦੇ ਵਿੱਚ ਵੀ ਉਹਨੂੰ ਤੂੰ ਲਿਆ ਤੇ ਇੱਥੇ ਉੱਪਰ ਰੱਖ ਮਕਾਨ ਦੇ ਵਿੱਚ, ਇਹ ਲੜਾਈ ਝਗੜਾ ਹੈ ਹੀ ਨਹੀਂ ਤੁਹਾਡਾ ਕੋਈ। ਕਹਿੰਦਾ ਠੀਕ ਹੈ ਅੰਕਲ ਜੀ, ਮੈਂ ਉੱਦਾਂ ਹੀ ਕਰ ਲੂੰਗਾ ਜਿੱਦਾਂ ਕਹੋਗੇ। ਤੇ ਦੂਸਰੇ ਦਿਨ ਕਹਿੰਦੇ ਅਸੀਂ ਲੈ ਕੇ ਹੀ ਨਹੀਂ ਆਉਣੀ। ਇਹ ਕੁੜੀ ਰਾਤ ਦੀ ਇੱਥੇ ਖੜੀ ਹੈ? ਇੱਥੇ ਹੀ ਬਾਹਰ ਹੀ ਬੈਠੀ ਹੈ ਜੀ। ਕੋਈ ਮਤਲਬ ਕਿਸੇ ਤਰ੍ਹਾਂ ਦੀ ਇਹਦੀ ਕੋਈ ਭੱਜ ਗਿਓ ਆਪ? ਇੱਥੇ ਹੀ ਹੈ ਬੱਚੀ। ਆਪ ਭੱਜ ਗਏ ਜੀ? ਉਹ ਰਾਤੀ ਚਲੇ ਗਏ, ਰਾਤੀ ਚਲੇ ਗਏ। ਕਿੱਦਾਂ ਦੀ ਮੰਗ ਕਰਦੇ ਹੋ ਹੁਣ ਤੁਸੀਂ? ਤੁਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਕਿੱਦਾਂ ਦੀ ਮੰਗ ਕਰਦੇ ਹੋ, ਕੁੜੀ ਨਾਲ ਕਿੱਦਾਂ ਹੋਣਾ ਚਾਹੀਦਾ ਇਨਸਾਫ ਦੀ ਮੰਗ? ਇਨਸਾਫ ਤਾਂ ਗਵਰਨਮੈਂਟ ਨੂੰ ਦੇਣਾ ਚਾਹੀਦਾ ਜੀ, ਇਹਦੇ ਨਾਲ ਧੱਕਾ ਹੋ ਰਿਹਾ। ਮੈਂ ਕਿ ਕਿਤੇ ਨਾ ਕਿਤੇ ਇਹਨੂੰ ਛੱਤ ਮਿਲਣੀ ਚਾਹੀਦੀ। ਸਾਨੂੰ ਵੀ ਤਰਸ ਆ ਰਿਹਾ ਕਿ ਇਹ ਆਉਂਦੀ ਹੈ, ਬੈਠਦੀ ਹੈ ਇੱਥੇ, ਉੱਡਦੀ ਹੈ, ਲੇਟਦੀ ਹੈ, ਰੋਂਦੀ ਪਿੱਟਦੀ ਹੈ, ਕੀ ਕਰੇ ਬੰਦਾ? ਕਿਤੇ ਨਾ ਕਿਤੇ ਇਹਨੂੰ ਛੱਤ ਦੀ ਲੋੜ ਹੈਗੀ ਹੈ, ਛੱਤ ਮਿਲਣੀ ਚਾਹੀਦੀ ਹੈ ਜੀ। ਇਹਦਾ ਆਪਣਾ ਘਰ ਆ, ਵਿਆਹੀ ਹੋਈ ਆਈ ਹੈ, ਕੋਈ ਨੱਠ ਕੇ ਥੋੜੀ ਆਈ ਆ, ਕੋਈ ਨਿਕਲ ਕੇ ਨਹੀਂ ਆਈ, ਮਤਲਬ ਵਿਆਹ ਕੇ ਲਿਆ, ਵਿਆਹ ਕੇ ਪੂਰਾ ਮੱਲਾ ਗਿਆ ਜੀ, ਇੱਥੇ ਮੱਲੇ 'ਚ ਹੀ ਤਾਂ ਵਿਆਹ ਹੋਇਆ। ਇਹ ਲੜਕੀ ਰੋਂਦੀ ਪਰੇਸ਼ਾਨ ਸੀਗੀ, ਮੇਰੇ ਕੋਲ ਪਹੁੰਚੀ ਜੀ। ਅਸੀਂ ਥਾਣੇ ਵਿੱਚ 2-3 ਵਾਰੀ ਗਏ ਵੀ ਉੱਥੇ ਪੰਚਾਇਤ ਦੇ ਵਿੱਚੋਂ ਭੱਜ ਜਾਂਦੇ ਆ ਉੱਠ ਕੇ। ਇੱਕ ਤਾਂ ਇਹਨੂੰ ਜਾਤੀ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ, ਕਿਰਾਏ ਉੱਤੇ ਛੱਡ ਕੇ ਭੱਜ ਕੇ ਮਕਾਨ ਮਾਲਕ ਨੂੰ ਅਸੀਂ ਪਹਿਲਾਂ ਸਮਝਾਇਆ ਵੀ ਕੁੜੀ ਨੂੰ ਨਾ ਪਰੇਸ਼ਾਨ ਕੀਤਾ ਜਾਵੇ। ਕਾਰਵਾਈ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ ਜੀ ਸਾਰੇ ਪਰਿਵਾਰ ਦੇ ਉੱਤੇ, ਕਿਸੇ ਗਾਂਹ ਕਿਸੇ ਕੁੜੀ ਨਾਲ ਧੱਕਾ ਨਾ ਹੋਵੇ। ਰਾਤ ਦੀ ਕੁੜੀ ਹੁਣ ਇੱਥੇ ਬਾਹਰ ਬੈਠੀ ਹੋਈ ਹੈ ਜੀ। ਹਾਂਜੀ, ਉਹ ਪਹਿਲਾਂ ਥਾਣੇ ਵਿੱਚ ਸੱਦੇ ਸੀਗੇ, ਉੱਥੋਂ ਭੱਜੇ, ਜਦੋਂ ਅਸੀਂ ਘਰ ਆਈ ਕੁੜੀ ਫਿਰ ਘਰੋਂ ਭੱਜ ਗਈ। ਨਹੀਂ, ਉੱਥੇ ਪਹੁੰਚੇ ਅਸੀਂ ਇਕੱਲਾ ਲੜਕਾ, ਮਾਂ ਪਿਓ ਤਾਂ ਆਉਂਦੇ ਹੀ ਨਹੀਂ ਵਿੱਚ, ਟਾਈਮ ਲੈ ਕੇ ਭੱਜ ਜਾਂਦੇ, ਸਭ ਕੁਛ ਉਹ ਕਰਦੇ। ਜਦੋਂ ਇੱਥੇ ਆਏ ਆ ਤਾਂ ਇੱਥੋਂ ਭੱਜ ਗਏ, ਨਾ ਤਾਂ ਪੰਚਾਇਤ ਵਿੱਚ ਆਉਂਦੇ ਨਾ ਥਾਣੇ ਵਿੱਚ ਆਉਂਦੇ ਆ। ਜਿਵੇਂ ਕਿ ਹੋਲੀ ਦਾ ਤਿਉਹਾਰ ਹੈ, ਕਿ ਹੋਲੀ ਦੇ ਵਿੱਚ ਤਿਉਹਾਰ ਤੇ ਇਹਦੀ ਕੁੜੀ ਦੀ ਜਿੰਨੀ ਬੇਰੰਗ ਹੋ ਗਈ ਹੈ, ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ ਤਾਂ ਦੇ ਬੰਦੇ ਤੇ ਕਿੱਦਾਂ ਦੀ ਕਾਰਵਾਈ? ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਾਮਲਾ ਮੁੰਡੇ ਦਾ 9 ਸਾਲ ਹੋ ਗਏ, 10 ਸਾਲ ਹੋ ਗਏ ਕੁੜੀ ਨੂੰ ਵਿਆਹੀ ਨੂੰ। ਅੱਛਾ ਜੀ। ਉਹ ਰੱਖਦਾ ਹੀ ਨਹੀਂ ਹੈਗਾ, ਕੋਰਟ 'ਚ ਕੇਸ ਚੱਲਦਾ ਸੀਗਾ, ਹਾਂਜੀ, ਕੋਰਟ ਵੱਲੋਂ ਖਰਚਾ ਲੱਗਿਆ ਸੀਗਾ, ਤੇ ਮੁੜ ਕੇ ਕਿਰਾਏ ਤੇ ਜਾ ਕੇ ਰਹਿਣ ਲੱਗ ਗਏ ਇਕੱਠੇ, ਵੀ ਮੈਂ ਖਰਚਾ ਨਹੀਂ ਦੇ ਸਕਦਾ। ਜਿਹਦੇ ਕੁੜੀ ਚੜਦੀ ਹੈ ਵੀ ਕਿਰਾਏ ਤੇ, ਉਹਨੂੰ ਛੱਡ ਕੇ ਭੱਜ ਗਿਆ ਜੀ? ਉਹਨੂੰ ਛੱਡ ਕੇ ਕਿਰਾਏ ਤੇ ਆਪ ਇੱਥੇ ਇਹਨਾਂ ਕੋਲ ਰਹਿੰਦਾ ਰਿਹਾ, ਮਤਲਬ ਇੱਥੇ ਰਹਿੰਦਾ ਰਿਹਾ ਜੀ, ਇੱਥੇ ਆਉਂਦਾ ਰਿਹਾ, ਰੋਜ਼ ਆਉਂਦਾ ਰਿਹਾ, ਅਸੀਂ ਕਾਹਨੂੰ ਝੂਠ ਬੋਲਾਂ, ਬਿਲਕੁਲ ਆਉਂਦਾ ਰਿਹਾ, ਇਹਨੂੰ ਇਨਸਾਫ ਮਿਲਣਾ ਚਾਹੀਦਾ ਕੁੜੀ ਨੂੰ। ਮਤਲਬ ਕੁੜੀ ਕਰਕੇ ਜਾਣ ਬੁੱਝ ਕੇ ਉਹ ਕਹਿੰਦੇ ਬੇਦਖਲ ਕੀਤਾ, ਪਰ ਘਰ 'ਚ ਹੀ ਰੱਖਿਆ ਉਹਨੂੰ? ਹਾਂਜੀ, ਉਹਨੂੰ ਘਰ 'ਚ ਹੀ ਰੱਖਿਆ, ਰੋਜ਼ ਉਰੇ ਆਉਂਦਾ, ਡੇਲੀ ਆਉਂਦਾ ਉਹ। ਤੁਸੀਂ ਕਿੱਦਾਂ ਦੀ ਮੰਗ ਕਰਦੇ ਹੋ ਕਿ ਇੱਕ ਕੁੜੀ ਹੈ, ਦੇਖੋ ਕੁੜੀ ਸਭ ਦੀ ਸਾਂਝੀ ਹੁੰਦੀ ਹੈ, ਕੱਲ੍ਹ ਨੂੰ ਕਿਸੇ ਨਾਲ ਵੀ ਇੱਦਾਂ ਦਾ ਹਾਦਸਾ ਹੋ ਸਕਦਾ, ਕੀ ਮੰਗ ਕਰਦੇ ਹੋ, ਕੀ ਹੋਣਾ ਚਾਹੀਦਾ? ਮੰਗ ਇਹੀ ਆ, ਸਰਕਾਰ ਨੂੰ ਬੇਨਤੀ ਆ ਵੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ। ਜਿੱਦਾਂ ਕਿ ਉਹ ਤਾਲੇ ਲਾ ਕੇ ਭੱਜ ਗਏ ਨੇ ਇੱਥੇ, ਕੁੜੀ ਕੱਲ੍ਹ ਰਾਤ ਦੀ ਇੱਥੇ ਬਾਹਰ ਬੈਠੀ ਹੈ, ਇਹਨਾਂ ਨੇ ਦੱਸਿਆ ਕਿ ਗੁਆਂਢੀਆਂ ਵੱਲੋਂ ਹੀ, ਆਸ ਪੜੋਸ ਵੱਲੋਂ ਹੀ ਚਾਹ ਪਾਣੀ ਇਹਨੂੰ ਪੁੱਛਿਆ ਗਿਆ, ਪਰ ਇੱਦਾਂ ਦੇ ਬੰਦਿਆਂ 'ਤੇ ਪੁਲਿਸ ਦੀ ਕਿੱਦਾਂ ਦੀ ਮੰਗ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਉਹ ਤਾਂ ਉਹਨਾਂ ਦੇ ਹੋਣੀ ਚਾਹੀਦੀ ਹੈ, ਗਲਤ ਨੇ ਬੰਦੇ, ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ।